ਮਲੇਰ ਕੋਟਲਾ ਵਿੱਚ ਖੁੱਲ੍ਹਿਆ ਡਾਕ ਬੈਂਕ। ਪੂਰੇ ਦੇਸ਼ ਵਿੱਚ ਜਿੱਥੇ ਡਾਕ ਬੈਂਕ ਦੀ ਸ਼ੁਰੂਆਤ ਹੋਈ ਹੈ ਉੱਥੇ ਹੀ ਅੱਜ ਮਲੇਰ ਕੋਟਲਾ ਵਿੱਚ ਵੀ ਡਾਕ ਬੈਂਕ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਗਰੀਬ ਤੋਂ ਗਰੀਬ ਆਪਣਾ ਖਾਤਾ ਖੁਲਵਾ ਸਕਦਾ ਹੈ। ਇਸ ਲਈ ਸਿਰਫ ਆਧਾਰ ਕਾਰਡ ਚਾਹੀਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਿੱਚੋਂ ਬੈਂਕ ਤੋਂ ਜ਼ਿਆਦਾ ਸਹੂਲਤਾਂ ਮਿਲਣਗੀਆਂ। ਅੱਜ ਹਮਾਰਾ ਇੰਡੀਆ ਪੋਸਟ ਪੇਮੈਂਟ ਬੈਂਕ ਕਾ ਇਨੋਗ੍ਰੇਸ਼ਨ ਹੈ, ਉਦਘਾਟਨ ਹੈ। ਆਜ ਸੇ ਡਾਕ ਵਿਭਾਗ ਜੋ ਹੈ ਐਜ ਆ ਬੈਂਕ ਕਾਮ ਕਰੇਗਾ। ਇਸ ਬੈਂਕ ਕੀ ਖਾਸ ਬਾਤ ਯਹ ਹੈ ਕਿ ਇਹ ਸਪੈਸ਼ਲੀ ਉਨ ਲੋਕੋਂ ਕੋ ਆਵਸ਼ਕਤਾ ਕੋ ਧਿਆਨ ਮੇਂ ਰੱਖ ਕੇ ਬਣਾਇਆ ਗਿਆ ਹੈ, ਜੋ ਬੈਂਕ ਜਾਤੇ ਨਹੀਂ ਹੈ ਜਾਂ ਡਰਤੇ ਹੈ ਜਾਂ ਜਿਨਕੇ ਪਾਸ ਸਮੇਂ ਨਹੀਂ ਹੈ ਜਾਂ ਜੋ ਬਾਹਰ ਸੇ ਮਾਈਗ੍ਰੇਟ ਲੇਬਰ ਹੈ ਯਹਾਂ ਪੇ ਆਏ ਹੈ ਦੂਰ ਦਰਾਜ ਸੇ, ਔਰ ਵੋ ਬੈਂਕ ਜਾਣਨੇ ਕੇ ਲੀਏ ਉਨਕੇ ਪਾਸ ਡਾਕੂਮੈਂਟ ਨਹੀਂ ਹੈ, ਆਧਾਰ ਨਹੀਂ ਹੈ, ਕੋਈ ਪ੍ਰੋਬਲਮ ਹੈ, ਅਲਗ ਅਲਗ ਚੀਜ਼ ਹੈ ਜੋ ਬੈਂਕ ਰਿਕੁਆਇਰਮੈਂਟ ਹੈ ਨਹੀਂ ਹੈ। ਔਰ ਯਹਾਂ ਪੇ ਸਿਰਫ ਹਮਾਰੇ ਇੰਡੀਆ ਪੋਸਟ ਪੇਮੈਂਟ ਬੈਂਕ ਮੇਂ ਓਨਲੀ ਪੇਪਰਲੈਸ, ਸਿਰਫ ਪੇਪਰਲੈਸ, ਸਿਰਫ ਆਧਾਰ ਔਰ ਫਿੰਗਰਪ੍ਰਿੰਟ ਬਾਇਓਮੈਟ੍ਰਿਕ ਕੇ ਜ਼ਰੀਏ ਅਕਾਊਂਟ ਖੁੱਲ ਜਾਏਗਾ, ਪੈਸੇ ਟ੍ਰਾਂਸਫਰ ਹੋ ਜਾਏਗੇ ਔਰ ਪੈਸੇ ਜਮ੍ਹਾਂ ਹੋ ਜਾਏਗੇ, ਪੈਸੇ ਨਿਕਲ ਜਾਏਗੇ। ਇਹ ਉਨ ਲੋਕੋਂ ਕੇ ਲੀਏ ਹੈ ਜੋ ਰੇਹੜੀ ਵਾਲੇ ਹੈ, ਦੂਧ ਵਾਲੇ ਹੈ, ਛੋਟੇ ਦੁਕਾਨਦਾਰ ਹੈ, ਕਿਸਾਨ ਹੈ, ਜੋ ਬੈਂਕ ਨਹੀਂ ਜਾਤੇ ਜਾਂ ਜਿਨਕੇ ਪਾਸ ਸਮੇਂ ਨਹੀਂ ਹੈ, ਤੋ ਇਹ ਉਨਕੋ ਲੀਏ ਹੈ ਕਿ ਅਕਾਊਂਟ ਸੇ ਅਕਾਊਂਟ ਮੇਂ ਪੈਸੇ ਟ੍ਰਾਂਸਫਰ ਹੋ ਜਾਏਗਾ। ਅਗਰ ਉਨਕੇ ਅਕਾਊਂਟ ਉਨਕਾ ਅਕਾਊਂਟ ਪੇਮੈਂਟ ਬੈਂਕ ਮੇਂ ਹੈ ਤੋ ਆਪਣੇ ਅਕਾਊਂਟ ਸੇ ਦੂਸਰੇ ਅਕਾਊਂਟ ਮੇਂ ਇਮੀਡੀਏਟ 2 ਮਿੰਟ ਵਿਦਿਨ 2 ਮਿੰਟ ਮੇਂ ਪੈਸੇ ਟ੍ਰਾਂਸਫਰ ਕਰ ਦੇਂਗੇ। ਔਰ ਦੂਸਰਾ ਉਨ ਲੋਕੋਂ ਕੇ ਲੀਏ ਹੈ ਜੋ ਕਿਸਾਨ ਭਾਈ ਹੈ, ਜੋ ਬੈਂਕ ਨਹੀਂ ਜਾਤੇ ਜਾਂ ਜਾ ਨਹੀਂ ਪਾਤੇ ਜਾਂ ਸਮੇਂ ਨਹੀਂ ਉਨਕੇ ਪਾਸ, ਉਨ ਲੋਕੋਂ ਕੇ ਲੀਏ ਬੈਂਕ ਹੈ। ਤੋ ਇਹ ਬਹੁਤ ਅੱਛਾ ਬੈਂਕ ਹੈ ਗਰੀਬ ਜਨਤਾ ਕੇ ਲੀਏ, ਉਨ ਲੋਕੋਂ ਕੇ ਲੀਏ ਜੋ ਕਮ ਪੜ੍ਹੇ ਲਿਖੇ ਹੈ ਜਾਂ ਨਹੀਂ ਪੜ੍ਹੇ ਲਿਖੇ ਹੈ, ਅਨਪੜ੍ਹ ਹੈ, ਜੋ ਬੈਂਕ ਨਹੀਂ ਜਾ ਸਕਦੇ, ਫਾਰਮ ਨਹੀਂ ਭਰ ਸਕਦੇ, ਵਹਾਂ ਕੀ ਫਾਰਮੈਲਿਟੀ ਨਹੀਂ ਕੰਪਲੀਟ ਕਰ ਪਾਤੇ, ਤੋ ਮਾਤਰ ਆਧਾਰ ਕਾਰਡ ਸੇ ਹਮ ਉਨਕਾ ਅਕਾਊਂਟ ਯਹਾਂ ਖੋਲੇਂਗੇ ਔਰ ਟੋਟਲੀ ਪੇਪਰਲੈਸ ਬੈਂਕਿੰਗ ਕਰੇਂਗੇ। ਔਰ ਇਵਨ ਕਿ ਉਨਕੇ ਘਰ ਜਾ ਕੇ ਅਕਾਊਂਟ ਖੋਲੇਂਗੇ, ਘਰ ਪੇ ਪੈਸੇ ਦੇਂਗੇ ਉਨਕੋ, ਜੋ ਉਨਕੀ ਰਿਕੁਆਇਰਮੈਂਟ ਹੈ ਵੋ ਪੂਰੀ ਕਰੇਂਗੇ, ਉਨਕੇ ਪੈਸੇ ਜਮ੍ਹਾਂ ਵੀ ਕਰੇਂਗੇ ਔਰ ਕੋਈ ਉਸਮੇਂ ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਖਰਚਾ ਨਹੀਂ, ਕੋਈ ਕੁਛ ਨਹੀਂ ਹੈ।